मोदी साहब जी, मेरी एक ਤੁਹਾਡੇ ਮੂਰੇ हाथ जोड़ के बेनती आ, ਉਹ ਵੇਖ ਲਓ ਉੱਥੇ किसान ਕਿਵੇਂ बैठे आ। कई किसान बजुर्ग आ, कई नौजवान आ। बजुर्गां नूं तां किन्नी ठंड लगदी होगी, नौजवानां नूं भी, उन्हां दे बच्चिआं नूं भी। माड़ी मोटी तां शर्म कर लो, तुसीं तां माड़ी मोटी भी नहीं शर्म करदे पए। ਉਹ ਵੇਖ ਲਓ ਬੱਚੇ ਵੀ ਬੈਠਿਆ ਹੁਣ ਤਾਂ ਉੱਥੇ, ਇੱਕ ਇੱਕ ਦੋ ਦੋ ਸਾਲ ਦੇ ਵੀ ਬੈਠਿਆ ਹੁਣ ਤਾਂ ਉੱਥੇ, ਚਾਰ ਚਾਰ ਪੰਜ ਸਾਲ ਦੇ ਵੀ ਬੈਠਿਆ। ਉਹ ਵੀ ਆਪਣਾ ਹੱਕ ਮੰਗ ਰਹੇ ਆ। ਆਪਣੇ ਤਿੰਨ ਕਾਲੇ ਕਾਨੂੰਨ ਆਪ ਰੱਖ ਲਓ, ਜੇ ਨਹੀਂ ਰੱਖਣੇ ਤਾਂ ਪਾਣੀ ਮੈਂ ਲਿਆ ਦੇਣਾ, ਡੁੱਬ ਕੇ ਮਰ ਜਾਓ। ਮੋਦੀ ਸਾਹਿਬ ਜੀ, ਮੇਰੀ ਇੱਕ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਆ, ਉਹ ਵੇਖ ਲਓ ਉੱਥੇ किसान ਕਿਵੇਂ ਬੈਠੇ ਆ। कई किसान बजुर्ग आ, कई नौजवान आ। ਬਜ਼ੁਰਗਾਂ ਨੂੰ ਤਾਂ ਕਿੰਨੀ ਠੰਡ ਲੱਗਦੀ ਹੋਊਗੀ, ਨੌਜਵਾਨਾਂ ਨੂੰ ਵੀ, ਉਹਨਾਂ ਦੇ ਬੱਚਿਆਂ ਨੂੰ ਵੀ। ਮਾੜੀ ਮੋਟੀ ਤਾਂ ਸ਼ਰਮ ਕਰ ਲਓ, ਤੁਸੀਂ ਤਾਂ ਮਾੜੀ ਮੋਟੀ ਵੀ ਨਹੀਂ ਸ਼ਰਮ ਕਰਦੇ ਪਏ। ਉਹ ਵੇਖ ਲਓ ਬੱਚੇ ਵੀ ਬੈਠਿਆ ਹੁਣ ਤਾਂ ਉੱਥੇ, ਇੱਕ ਇੱਕ ਦੋ ਦੋ ਸਾਲ ਦੇ ਵੀ ਬੈਠਿਆ ਹੁਣ ਤਾਂ ਉੱਥੇ, ਚਾਰ ਚਾਰ ਪੰਜ ਸਾਲ ਦੇ ਵੀ ਬੈਠੇ ਆ। ਉਹ ਵੀ ਆਪਣਾ ਹੱਕ ਮੰਗ ਰਹੇ ਆ। ਆਪਣੇ ਤਿੰਨ ਕਾਲੇ ਕਾਨੂੰਨ ਆਪ ਰੱਖ ਲਓ, ਜੇ ਨਹੀਂ ਰੱਖਣੇ ਤਾਂ ਪਾਣੀ ਮੈਂ ਲਿਆ ਦੇਣਾ, ਡੁੱਬ ਕੇ ਮਰ ਜਾਓ। ਮੋਦੀ ਸਾਹਿਬ ਜੀ, ਮੇਰੀ ਇੱਕ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਆ, ਉਹ ਵੇਖ ਲਓ ਉੱਥੇ ਕਿਸਾਨ ਕਿਵੇਂ ਬੈਠੇ ਆ। कई किसान बजुर्ग आ, कई नौजवान आ। बजुर्गां नूं तां किन्नी ठंड लगदी होगी, नौजवानां नूं भी, उन्हां दे बच्चिआं नूं भी। माड़ी मोटी तां शर्म कर लो, तुसीं तां माड़ी मोटी भी नहीं शर्म करदे पए। ਉਹ ਵੇਖ ਲਓ ਬੱਚੇ ਵੀ ਬੈਠਿਆ ਹੁਣ ਤਾਂ ਉੱਥੇ, ਇੱਕ ਇੱਕ ਦੋ ਦੋ ਸਾਲ ਦੇ ਵੀ ਬੈਠਿਆ ਹੁਣ ਤਾਂ ਉੱਥੇ, ਚਾਰ ਚਾਰ ਪੰਜ ਸਾਲ ਦੇ ਵੀ ਬੈਠੇ ਆ। ਉਹ ਵੀ ਆਪਣਾ ਹੱਕ ਮੰਗ ਰਹੇ ਆ। ਆਪਣੇ ਤਿੰਨ ਕਾਲੇ ਕਾਨੂੰਨ ਆਪ ਰੱਖ ਲਓ, ਜੇ ਨਹੀਂ ਰੱਖਣੇ ਤਾਂ ਪਾਣੀ ਮੈਂ ਲਿਆ ਦੇਣਾ, ਡੁੱਬ ਕੇ ਮਰ ਜਾਓ। ਮੋਦੀ ਸਾਹਿਬ ਜੀ, ਮੇਰੀ ਇੱਕ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਆ, ਉਹ ਵੇਖ ਲਓ ਉੱਥੇ ਕਿਸਾਨ ਕਿਵੇਂ ਬੈਠੇ ਆ। कई किसान बजुर्ग आ, कई नौजवान आ। ਬਜ਼ੁਰਗਾਂ ਨੂੰ ਤਾਂ ਕਿੰਨੀ ਠੰਡ ਲੱਗਦੀ ਹੋਊਗੀ, ਨੌਜਵਾਨਾਂ ਨੂੰ ਵੀ, ਉਹਨਾਂ ਦੇ ਬੱਚਿਆਂ ਨੂੰ ਵੀ। ਮਾੜੀ ਮੋਟੀ ਤਾਂ ਸ਼ਰਮ ਕਰ ਲਓ, ਤੁਸੀਂ ਤਾਂ ਮਾੜੀ ਮੋਟੀ ਵੀ ਨਹੀਂ ਸ਼ਰਮ ਕਰਦੇ ਪਏ। ਉਹ ਵੇਖ ਲਓ ਬੱਚੇ ਵੀ ਬੈਠਿਆ ਹੁਣ ਤਾਂ ਉੱਥੇ, ਇੱਕ ਇੱਕ ਦੋ ਦੋ ਸਾਲ ਦੇ ਵੀ ਬੈਠਿਆ ਹੁਣ ਤਾਂ ਉੱਥੇ, ਚਾਰ ਚਾਰ ਪੰਜ ਸਾਲ ਦੇ ਵੀ ਬੈਠੇ ਆ। ਉਹ ਵੀ ਆਪਣਾ ਹੱਕ ਮੰਗ ਰਹੇ ਆ। ਆਪਣੇ ਤਿੰਨ ਕਾਲੇ ਕਾਨੂੰਨ ਆਪ ਰੱਖ ਲਓ, ਜੇ ਨਹੀਂ ਰੱਖਣੇ ਤਾਂ ਪਾਣੀ ਮੈਂ ਲਿਆ ਦੇਣਾ, ਡੁੱਬ ਕੇ ਮਰ ਜਾਓ। ਮੋਦੀ ਸਾਹਿਬ ਜੀ, ਮੇਰੀ ਇੱਕ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਆ, ਉਹ ਵੇਖ ਲਓ ਉੱਥੇ ਕਿਸਾਨ ਕਿਵੇਂ ਬੈਠੇ ਆ। कई किसान बजुर्ग आ, कई नौजवान आ। बजुर्गां नूं तां किन्नी ठंड लगदी होगी, नौजवानां नूं भी, उन्हां दे बच्चिआं नूं भी। माड़ी मोटी तां शर्म कर लो, तुसीं तां माड़ी मोटी भी नहीं शर्म करदे पए। ਉਹ ਵੇਖ ਲਓ ਬੱਚੇ ਵੀ ਬੈਠਿਆ ਹੁਣ ਤਾਂ ਉੱਥੇ, ਇੱਕ ਇੱਕ ਦੋ ਦੋ ਸਾਲ ਦੇ ਵੀ ਬੈਠਿਆ ਹੁਣ ਤਾਂ ਉੱਥੇ, ਚਾਰ ਚਾਰ ਪੰਜ ਸਾਲ ਦੇ ਵੀ ਬੈਠੇ ਆ। ਉਹ ਵੀ ਆਪਣਾ ਹੱਕ ਮੰਗ ਰਹੇ ਆ। ਆਪਣੇ ਤਿੰਨ ਕਾਲੇ ਕਾਨੂੰਨ ਆਪ ਰੱਖ ਲਓ, ਜੇ ਨਹੀਂ ਰੱਖਣੇ ਤਾਂ ਪਾਣੀ ਮੈਂ ਲਿਆ ਦੇਣਾ, ਡੁੱਬ ਕੇ ਮਰ ਜਾਓ। ਮੋਦੀ ਸਾਹਿਬ ਜੀ, ਮੇਰੀ ਇੱਕ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਆ, ਉਹ ਵੇਖ ਲਓ ਉੱਥੇ ਕਿਸਾਨ ਕਿਵੇਂ ਬੈਠੇ ਆ। कई किसान बजुर्ग आ, कई नौजवान आ। बजुर्गां नूं तां किन्नी ठंड लगदी होगी, नौजवानां नूं भी, उन्हां दे बच्चिआं नूं भी। माड़ी मोटी तां शर्म कर लो, तुसीं तां माड़ी मोटी भी नहीं शर्म करदे पए। ਉਹ ਵੇਖ ਲਓ ਬੱਚੇ ਵੀ ਬੈਠਿਆ ਹੁਣ ਤਾਂ ਉੱਥੇ, ਇੱਕ ਇੱਕ ਦੋ ਦੋ ਸਾਲ ਦੇ ਵੀ ਬੈਠਿਆ ਹੁਣ ਤਾਂ ਉੱਥੇ, चार चार 5 साल दे भी बैठे आ, वह भी अपना हक मंग रहे आ। अपने 3 काले कानून आप रख लो, जे नहीं रखने तो पानी मैं लिया देना, डुब के मर जाओ। मोदी साहब जी, मेरी एक ਤੁਹਾਡੇ ਮੂਹਰੇ ਹੱਥ जोड़ के बेनती आ, ਉਹ ਵੇਖ ਲਓ ਉੱਥੇ किसान ਕਿਵੇਂ ਬੈਠੇ ਆ। कई किसान ਬਜ਼ੁਰਗ ਆ, कई ਨੌਜਵਾਨ ਆ। ਬਜ਼ੁਰਗਾਂ ਨੂੰ ਤਾਂ ਕਿੰਨੀ ਠੰਡ ਲੱਗਦੀ ਹੋਊਗੀ, ਨੌਜਵਾਨਾਂ ਨੂੰ ਵੀ, ਉਹਨਾਂ ਦੇ ਬੱਚਿਆਂ ਨੂੰ ਵੀ। ਮਾੜੀ ਮੋਟੀ ਤਾਂ ਸ਼ਰਮ ਕਰ ਲਓ, ਤੁਸੀਂ ਤਾਂ ਮਾੜੀ ਮੋਟੀ ਵੀ ਨਹੀਂ ਸ਼ਰਮ ਕਰਦੇ ਪਏ। ਉਹ ਵੇਖ ਲਓ ਬੱਚੇ ਵੀ ਬੈਠਿਆ ਹੁਣ ਤਾਂ ਉੱਥੇ, 1-2 ਸਾਲ ਦੇ ਵੀ ਬੈਠਿਆ ਹੁਣ ਤਾਂ ਉੱਥੇ, 4-5 ਸਾਲ ਦੇ ਵੀ ਬੈਠਿਆ। ਉਹ ਵੀ ਆਪਣਾ ਹੱਕ ਮੰਗ ਰਹੇ ਆ। ਆਪਣੇ 3 ਕਾਲੇ ਕਾਨੂੰਨ ਆਪ ਰੱਖ ਲੋ, ਜੇ ਨਹੀਂ ਰੱਖਣੇ ਤਾਂ ਪਾਣੀ ਮੈਂ ਲਿਆ ਦੇਣਾ, ਡੁੱਬ ਕੇ ਮਰ ਜਾਓ। मोदी साहब जी, मेरी एक ਤੁਹਾਡੇ ਮੂਹਰੇ ਹੱਥ जोड़ के बेनती आ, ਉਹ ਵੇਖ ਲਓ ਉੱਥੇ किसान ਕਿਵੇਂ ਬੈਠੇ ਆ। कई किसान ਬਜ਼ੁਰਗ ਆ, कई ਨੌਜਵਾਨ ਆ। ਬਜ਼ੁਰਗਾਂ ਨੂੰ ਤਾਂ ਕਿੰਨੀ ਠੰਡ ਲੱਗਦੀ ਹੋਊਗੀ, ਨੌਜਵਾਨਾਂ ਨੂੰ ਵੀ, ਉਹਨਾਂ ਦੇ ਬੱਚਿਆਂ ਨੂੰ ਵੀ। ਮਾੜੀ ਮੋਟੀ ਤਾਂ ਸ਼ਰਮ ਕਰ ਲਓ, ਤੁਸੀਂ ਤਾਂ ਮਾੜੀ ਮੋਟੀ ਵੀ ਨਹੀਂ ਸ਼ਰਮ ਕਰਦੇ ਪਏ। ਉਹ ਵੇਖ ਲਓ ਬੱਚੇ ਵੀ ਬੈਠਿਆ ਹੁਣ ਤਾਂ ਉੱਥੇ, 1-2 ਸਾਲ ਦੇ ਵੀ ਬੈਠਿਆ ਹੁਣ ਤਾਂ ਉੱਥੇ, 4-5 ਸਾਲ ਦੇ ਵੀ ਬੈਠੇ ਆ। ਉਹ ਵੀ ਆਪਣਾ ਹੱਕ ਮੰਗ ਰਹੇ ਆ। ਆਪਣੇ 3 ਕਾਲੇ ਕਾਨੂੰਨ ਆਪ ਰੱਖ ਲੋ, ਜੇ ਨਹੀਂ ਰੱਖਣੇ ਤਾਂ ਪਾਣੀ ਮੈਂ ਲਿਆ ਦੇਣਾ, ਡੁੱਬ ਕੇ ਮਰ ਜਾਓ।